ਹਾਂਜੀ ਮੁੰਡੇ ਉਹ ਕੀ ਹਾਲ ਚਾਲ ਬਈ? ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ 'ਤੇ ਆ ਚੁੱਕਿਆ ਸੀ ਫਾਰਮਿੰਗ ਸਿਮੂਲੇਟਰ ਦੇ ਸਰਵਰ ਦੇ ਵਿੱਚ ਜਿਹੜਾ ਅਸੀਂ ਖਰੀਦਿਆ ਪੇਡ, ਅਤੇ ਜੇ ਕੋਈ ਮੇਰਾ ਭਰਾ ਖੇਡਣਾ ਚਾਹੁੰਦਾ ਇਹਦੀ ਛੋਟੀ ਜਿਹੀ ਫੀਸ ਆ ਅਤੇ ਆ ਜਾਓ। ਅਤੇ ਇੱਕ ਇਹਦੀ ਰਿਕੁਆਇਰਮੈਂਟ ਹੈ ਵੀ ਕਬੂਤਾ ਪੈਕ ਤੁਹਾਡੇ ਕੋਲ, ਚਲੋ ਆਹ ਮਹੀਨੇ ਨਹੀਂ ਲੈ ਸਕਦੇ, ਅਗਲੇ ਮਹੀਨੇ ਜ਼ਰੂਰ ਹੋਣਾ ਚਾਹੀਦਾ, ਠੀਕ ਹੈ? ਅਤੇ ਜਿਹਨੇ ਖੇਡਣਾ ਸਾਨੂੰ DM ਕਰ ਸਕਦਾ ਇੰਸਟਾਗ੍ਰਾਮ 'ਤੇ। ਅਤੇ ਹੁਣ ਆਪਾਂ ਚੱਲਦੇ ਹਾਂ ਸਰਵਰ ਦੇ ਵਿੱਚ, ਦਿਖਾਉਂਦੇ ਹਾਂ ਤੁਹਾਨੂੰ ਕੀ ਕੀ ਚੀਜ਼ਾਂ 'ਤੇ ਕਿਹੜੇ ਕਿਹੜੇ ਬੰਦੇ, ਅਤੇ ਸਾਰੇ ਬੰਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਹੋ ਸਕਦਾ ਸਾਰੇ ਮੇਰੇ ਭਰਾ 95 ਦੇ ਵਿੱਚ ਆ ਜਾਣ, ਇਕੱਲੇ ਇਕੱਲੇ ਦੀ ਇੰਟਰੋ ਕਰਾ ਦਿੰਦੇ ਅੱਜ ਆਪਾਂ ਕਿਹੜਾ ਬੰਦਾ ਸਾਡੇ ਨਾਲ ਖੇਡਣ ਲੱਗਿਆ। ਜਲਦੀ ਤੋਂ ਪਹਿਲਾਂ ਮੁੰਡੇ ਵੀਰੋ ਪਹੁੰਚੋ ਮੇਰੇ ਵੀਡੀਓ ਗੌਰਵ ਦਾ ਘਾਣਾ ਸ਼ੌਪ 'ਤੇ। ਨਹੀਂ ਨਹੀਂ ਜੀ, 95 ਦੇ ਕੋਲ। ਅਤੇ ਬਈ ਆਹ ਮਸ਼ੀਨ ਹੁਣ ਸਾਡੇ ਵਾਲੇ ਨੇ ਪਤਾ ਨਹੀਂ ਤਾਂ ਕਿਰਾਏ 'ਤੇ ਲੈਤੀ ਅਤੇ ਪਤਾ ਨਹੀਂ ਲੈਤੀ ਮੁੱਲ, ਠੀਕ ਆ? ਅਤੇ ਆਹ ਆਪਣਾ ਖੇਤ ਨੇ ਇਹ ਭਾਜੀ ਸਰਕਾਰ ਦੀ। ਚਲੋ ਜੀ, ਮੰਨ ਲਈ ਗੱਲ, ਕਹਿੰਦੇ ਵੀ ਸਰਕਾਰੀ ਚੀਜ਼ਾਂ ਚਲਾਉਣ ਦਾ ਜਿਹੜਾ ਸ਼ੌਂਕ ਆ ਨਾ ਸਾਡੇ 'ਚ, ਇਹ ਕੁਦਰਤੀ ਹੈ। ਅਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਹ ਕਟਰ ਤੁਸੀਂ ਇੱਥੇ ਕਿਉਂ ਰੱਖਿਆ ਹੋਏ। ਤੇਰੀ ਪਿਆਲੀ ਤਾਂ ਵੱਡੀ ਹੈ, ਪਿਆਲੀ ਆਹ 94 ਤੇਰੀ ਹੈ। ਹਾਂਜੀ ਵੀਰੇ ਮੇਰੀ ਹੈ। ਜੇ ਕੋ ਪੈਸੇ ਲੈਣੇ ਆ ਤਾਂ ਸਾਲਾ ਸਾਡਾ ਕੀ ਹੈ ਯਾਰ ਫਿਰ? ਉਹਨੂੰ ਕੋ ਪੈਸੇ ਲੈਣੇ ਆ ਰੰਗ ਲਾ ਤੇ ਉਹ ਨਹੀਂ ਨਹੀਂ ਆਹ ਸਾਡਾ ਰੰਗ ਹੈ ਉਹ, ਠੀਕ ਹੈ? ਮੈਨੂੰ ਸਮਝ ਆ ਗਈ, ਮਤਲਬ ਪੱਟੀ ਨੇ 78 ਮੈਨੂੰ ਖਰੀਦ ਕੇ ਦਿੱਤਾ ਉਹ, ਠੀਕ ਹੈ? ਇਹਨੂੰ ਮੈਂ ਰੱਖਿਆ ਹੋਣਾ ਉੱਤੇ ਸਾਈਡ ਤੇ ਲਾ ਕੇ 78.5 ਹੈ। ਚੱਲ ਸਿਮਰ, ਮੈਂ ਤੇਰੇ ਨਾਲ ਮਾੜੀ ਮਦਦ ਕਰਾ ਦਿੰਦਾ, ਤੇ ਬਾਕੀ ਬਾਈ ਆ ਜਾਓ ਜੀ, ਦੀ ਇੰਟਰੋ ਆਪਾਂ ਸਾਰਿਆਂ ਦੀ ਕਰਾ ਦਿਆਂਗੇ। ਤੇ ਛੇ ਤੋਂ ਪਹਿਲਾਂ ਪਹੁੰਚੋ, ਚਾਹ ਪਾਣੀ ਦਾ ਕੋਈ ਪ੍ਰਬੰਧ ਹੈ ਨਹੀਂ ਪਹਿਲਾਂ ਦੱਸ ਦੀ ਗੱਲ। ਓਏ ਮੂਰੇ ਕਾ ਟਰੈਕਟਰ ਨੂੰ ਅੰਨੀ ਦਿਆ, ਉਹ ਮੈਂ ਮੋੜਨ ਲੱਗਾ ਸੀ, ਇਹਦੇ ਉੱਤੇ ਰੱਖਣੀ ਹੈ। ਹਾਂ ਅੱਛਾ, ਆ ਦੇ ਆ ਲਓ ਕਿਹੜੀ ਪਹਿਲੀ 95 ਦੇ ਵਿੱਚ। ਸਾਰੇ ਜਣੇ ਪਹੁੰਚੋ, ਚਾਹ ਪਾਣੀ ਦਾ ਕੋਈ ਧਿਆਨ ਨਾ ਧਿਆਨ ਨਾ ਪੈਰ ਗਿਆ ਥੱਲੇ। ਨਹੀਂ ਨਹੀਂ ਕੋਈ ਚੱਕਰ ਨਹੀਂ, ਚੱਕਰੀ ਕੋਈ ਨਹੀਂ, ਡਰਾਈਵਰ ਤਕੜਾ ਤਕੜਾ। ਲਓ ਵੀ ਲਓ ਵੀ ਮੇਰੇ ਵੀਰ, ਮੈਂ ਲਾਇਆ ਸਾਹਿਬ ਟੈਨਸ਼ਨ ਨਹੀਂ, ਡਰਾਈਵਰ ਕਰਦਾ ਲੈ ਜਾ। ਆ ਕੀ ਸੀ ਮੰਨਦਾ ਐ ਕਮਾ ਦੀ ਤੇ ਚੁਟਕੀਆਂ ਸੇ ਚੁਟਕੀਆਂ ਸੇ। ਗੁਰੂਦੇਵ ਜੀ ਮਾੜੀ ਜੀ ਪਿੱਛੇ ਕਰੀਓ ਗੱਡੀ, ਓਏ ਕੰਬਾਈਨ ਐ ਸਾਲਾ ਗੱਡੀ ਦਾ ਹੋਇਆ 1000 ਰੁਪਏ ਕਰ ਪਹਿਲਾਂ ਕੰਬਾਈਨ, 1000 ਰੁਪਏ ਟ੍ਰਾਂਸਫਰ ਕਰ ਪਹਿਲਾਂ। ਉਹ ਕਰਦੇ ਆ, ਤੂੰ ਧਮਕੀ ਕਿਉਂ ਦਿੰਨਾ? ਕਰ ਦਿੰਨੇ ਟ੍ਰਾਂਸਫਰ ਧਮਕੀ ਸਵੇਰੇ ਚਾਹ ਨਾਲ 500 ਵਾਲੀ ਮਿਲਦੀ ਐ ਸਿਮਰ ਯਾਰ। ਤਾਲੀ ਵਾਲਾ ਬਾਈ, ਹਾਂਜੀ ਵੀਰੇ, ਮਸ਼ੀਨ ਲਈ ਚੱਲੋ 78 ਨੰਬਰ ਚ ਵੱਢਣੀ ਆਪਾਂ ਫਸਲ। ਓ ਮਾਈ ਗੁੱਡਨੈਸ, ਓ ਫਿਰ ਕਟਰ ਲਿਆ ਓਏ, ਕਟਰ ਬਾਹਰ ਕੱਢ ਇੱਥੇ, ਮੈਂ ਤਾਂ ਭੁੱਲ ਗਿਆ। ਗਾਹੀ ਲੈ ਚੱਲ ਮੈਂ ਇੱਥੇ ਖੜਾ ਲਈ ਬਸ, ਜਿੱਧਰ ਮਤਲਬ ਮਸ਼ੀਨ ਮੁੜਿਆ ਵੇ, ਪਰਲੇ ਪਾਸ ਦੀ ਆ ਜੂਗੀ। ਰੋਕ ਲਾ ਯਾਰ, ਆਹ ਤਗੜੇ ਸਰਦਾਰਾਂ ਦਾ ਘਰ ਲੱਗਦਾ ਮੈਨੂੰ ਕਿਸੇ ਦਾ, ਹੈ ਅਸੀਂ ਤੁਰੇ ਫਿਰਦੇ ਹੋ, ਚੀਜ਼ਾਂ ਚੂਜ਼ਾਂ ਮਿਲ ਜਾਂਦੀਆਂ ਇੱਥੇ। ਇਹ ਸੈਣੀ ਫਾਰਮ ਆ, ਸੈਣੀਆਂ ਦਾ ਫਾਰਮ ਹੈ ਜੀ ਕਿਹੜਾ ਟਰੈਕਟਰ ਲੈ ਕੇ ਆਇਆ ਲਿਆ? ਲਓ ਵੀ ਮੇਰੇ ਵੀਰੋ ਆ ਜਾਓ, ਮੈਂ ਨਾ ਨਾਂ ਦਿਖਾ ਦੇਣਾ ਇਕੱਲੇ ਇਕੱਲੇ ਦਾ, ਇੱਕ ਮਿੰਟ ਆਪਾਂ ਨਾਮ ਸ਼ੋਅ ਕਰ ਲਈਏ। ਨਾਮ ਕਹਾਂ ਸੇ ਸ਼ੋ ਹੋਗਾ ਰੇ ਬੱਚੂਆ ਮੈਂ ਨਾ ਦਿਖਾਉਣ ਚੱਲਿਆ ਸੀ ਸ਼ੋ ਪਲੇਅਰ ਨੇਮ ਆ ਲੋ ਜੀ
ਅਗਰ ਕਿਸੇ ਕੋ ਪਲੋ ਹੈਗੇ ਕਹਿੰਦੇ ਪਲੋ ਜੀ ਆ ਖੜਾ ਜੀ ਮੁੰਡਾ ਅੰਮ੍ਰਿਤ APS ਠੀਕ ਹੈ ਅਤੇ ਇਹਨੂੰ ਮਿਲੋ ਚਿੱਟੇ ਚੌਰ ਦਾੜੀਏ ਨੂੰ ਗੁਨਸ਼ਾਨ ਚੋਰੀਏ ਨੂੰ ਸਾਰੇ ਬੁੜਾ ਪੂਰਾ ਸ਼ਕੀਨੀ ਹੈ ਬੁੜਾ ਪੂਰੀ ਸ਼ਕੀਨ ਹੈ ਪੱਦ ਘੁੱਟਲੀ ਪੈਂਟ ਪਾਈ ਹੋਈ ਕੁੜੀ ਹੈ ਮੇਰੇ ਯਾਰ ਹੈਲੋ ਦੇਵੀ ਔਰ ਸੱਜਣ ਨੂੰ ਕਿਸ ਯਾਰ ਪਲੋ ਚਾਹੀਦੇ ਆ ਜੀ ਅਰਮਾਨ ਭੱਟੀ ਠੀਕ ਹੈ ਜੇ ਰਹਾ ਅਰਮਾਨ ਭੱਟੀ ਅਤੇ ਸ਼ਕਲ ਆਪਾਂ ਦੂਜਿਆਂ ਦੀ ਵੀ ਦਿਖਾਉਂਦੇ ਹਾਂ ਖੜ ਜਾਓ ਆਪਾਂ ਖੇਤ 'ਚ ਚੱਲਦੇ ਹਾਂ ਬਾਈ ਜਿਹੜੇ ਜਿਹੜੇ ਵੀ ਹੈਗੇ ਆ ਸਾਰੇ ਆ ਸਕਦੇ ਆ ਜਿਹੜੇ ਸਰਵਰ ਦੇ ਵਿੱਚ ਇੱਥੇ ਆ ਅਤੇ ਆ ਰੱਬ ਨੇ ਬਣਾਈਆਂ ਚਿੱਟੇ ਚੁੰਨ ਚਿੱਟੇ ਪੁੰਨ ਜਿਹਨਾਂ ਨੇ ਕੀਤੇ ਜਿਹੜਾ ਸੀ ਸੱਤੇਵੀਰ ਸੱਤੇਵੀਰ ਇੰਟਰੋਡਿਊਸ ਕਰਾਉਣ ਨੂੰ ਕਿਹਾ ਸੀ ਮੈਂ ਹੈਲੋ ਛੱਡੋ ਯਾਰ ਕੀ ਲੋੜ ਸੀ ਯਾਰ ਮੇਰੀ ਤੋਂ ਰਗੜੀ ਗਈ ਮੈਨੂੰ ਬਖਸ਼ ਦੇ ਸਾਡੇ ਖੇਤ ਚ ਆ ਜਾ ਯਾਰ ਮੈਂ ਖੇਤ ਖੂਜ ਨਹੀਂ ਹੋਣਾ ਤੂੰ ਵਾਪਸ ਆ ਗਿਆ ਮਸ਼ੀਨ ਮੋੜ ਮੈਂ ਗੱਭੇ ਹਿਲਾ ਦੂੰਗਾ ਕੀ ਕਹਿੰਦੇ ਹੁੰਦੇ ਆ ਹੁੱਕ ਨਹੀਂ ਤੂੰ ਖੇਤ ਆ ਜਾ ਕੋਈ ਨਾ ਉੱਥੇ ਗੱਲ ਕਰਾਉਣਾ ਤੇਰੀ ਸਾਰੀ ਉੱਥੇ ਇੰਟਰਵਿਊ ਕਰਾਉਣਾ ਤੇਰੀ ਸਾਰੀ ਆ ਜਾਣਾ ਤੇਰੀ ਪ੍ਰੋਪਰ ਇੰਟਰਵਿਊ ਲਵਾਂ ਇਕੱਲੀ ਇਕੱਲੀ ਚੀਜ਼ ਦੀ ਸਰਵਰ ਪੇਡ ਆ ਤੇ ਹੱਜ ਇੱਕ ਗੱਲ ਮੈਂ ਹੋਰ ਜਿਹੜੇ ਮੇਰੇ ਭਰਾ ਆਪਣੀ ਵੀਡੀਓ ਦੇਖਣਗੇ ਨਾ ਤੇ ਬਈ ਪਰਸੋਂ ਬਹੁਤ ਹੀ ਦੁਖਦਾਈ ਘਟਨਾ ਹੋਈ ਜਿਹੜੀ ਹੈ ਨਾ ਠੀਕ ਹੈ ਤੇ ਉਹ ਕੱਲ ਨੂੰ ਆਊਗੀ ਵੀਡੀਓ ਅਸੀਂ ਕੱਟ ਨਹੀਂ ਲਾਉਂਦੇ ਉਸ ਬਾਰੇ ਸੁਣੀ ਲਿਓ ਆਪੇ ਠੀਕ ਹੈ ਨਹੀਂ ਨਹੀਂ ਚੱਲਣ ਦੇ ਕੋਈ ਚੱਕਰ ਨਹੀਂ ਐਡਾ ਵੀ ਹੁੰਦਾ ਸਾਥ ਅਤੇ ਬਈ ਉਹ ਬਹੁਤ ਦੁਖਦਾਈ ਘਟਨਾ ਹੋਈ ਠੀਕ ਹੈ ਅਤੇ ਤੁਹਾਨੂੰ ਪਤਾ ਇੱਕ ਥੰਮ ਹੀ ਸੀਗਾ ਉਹ ਅਤੇ ਉਹਦੇ ਟਰੈਕਟਰ ਅਸੀਂ ਤਿਆਰ ਕੀਤੇ ਸੀ ਫਰੀ ਮੋੜ ਦੇਣ ਦੇ ਲਈ ਫਾਰਮਿੰਗ FS22 ਦੇ ਵਿੱਚ ਹੈ ਨਾ ਅਤੇ ਬਈ ਉਹ ਜਿਹੜੀ ਚੀਜ਼ ਹੋ ਗਈ ਉਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਅਤੇ ਮੈਂ ਅਸੀਂ ਮੇਰਾ ਦਿਲ ਨਹੀਂ ਕਰਦਾ ਹੁਣ ਦੁਬਾਰਾ ਮੈਂ ਉਹ ਚੀਜ਼ 'ਤੇ ਵੀਡੀਓ ਬਣਾਵਾਂ ਅਤੇ ਬਾਕੀ ਜੇ ਬਈ ਤੁਹਾਨੂੰ ਚੀਜ਼ ਚਾਹੀਦੀ ਆ ਮੋੜ ਚਾਹੀਦੇ ਹੋਏ ਤਾਂ ਕਮੈਂਟ ਆ ਦੱਸ ਦਿਓ ਯਾਰ ਕੋਈ ਚੱਕਰ ਨਹੀਂ ਬਿਨਾਂ ਪਾਸਵਰਡ ਹੀ ਦੇ ਦੇਵਾਂਗੇ ਠੀਕ ਹੈ ਅਤੇ ਬਸ ਇੰਨਾ ਹੀ ਸਹੀ ਮਨ ਵੈਸੇ ਉਹਦੇ ਚੀਜ਼ਾਂ ਗੱਲਾਂ ਭਾਵੇਂ ਕੁਛ ਵੀ ਨਹੀਂ ਮਿਲੇ ਸੀ ਕਦੇ ਉਹਨੂੰ ਠੀਕ ਹੈ ਅਤੇ ਫਿਰ ਵੀ ਯਾਰ ਬਹੁਤ ਗਲਤ ਗੱਲ ਹੋਈ ਅਤੇ ਲਓ ਵੀ ਹੁਣ ਆਪਾਂ ਵੱਢਣ ਲੱਗੇ ਬਾਈ ਆਪਣੀ ਕਹਿੰਦੇ ਜੀ ਡੂ ਯੂ ਡੋਂਟ ਹੈਵ ਐਕਸੈਸ ਐਕਸੈਸ ਕੌਣ ਦਿਓ ਬਾਈ ਲੱਤਾਂ ਤੋੜ ਦਾਂਗੇ ਪਹਿਲਾਂ ਗੱਲ ਦੱਸਤੀ ਹੋ ਗਿਆ ਚਲੋ ਚਲਾਓ ਚਲਾ ਲਓ ਚਲਾ ਲਓ ਫਿਰ ਮਰ ਜਾਓ ਅਤੇ ਲਓ ਵੀ ਮੁੰਡੇ ਆਪਾਂ ਵੱਢਣ ਲੱਗੇ ਬਾਈ ਕਣਕ ਆਪਣੇ ਖੇਤ ਅੱਜ ਅਤੇ ਨਾਲ ਆਪਣੇ ਕਹਿੰਦੇ ਉਹ ਹੋ ਹੁਣ ਮੈਂ ਇਹਦੀ ਇੰਟਰੋ ਕੀ ਕਰਾ ਦਿਆਂ ਯਾਰ ਮੈਨੂੰ ਐਂ ਦੱਸੋ
ਆ ਇੰਟਰੋ ਕਰਾਉਣ ਵਾਲੀ ਓਏ ਮੈਂ ਸਿਮਰ ਤੇ ਬਾਈ ਕਰਾਉ ਹੈਲੋ ਇਹ ਤਾਂ ਆ ਗਿਆ ਮਗਰ ਓਏ ਬਾਈ ਯਾਰ ਟਰੈਕਟਰ ਫੇਰ ਉਲਟਾ ਲਿਆ ਨਾ ਉਹ ਯਾਰ ਮੈਂ ਬਿਨਾਂ ਟਰੈਕਟਰ ਤੋਂ ਇੰਟਰੋ ਕਰਾ ਰਿਹਾ ਹੁਣ ਨਹੀਂ ਮੈਂ ਆਉਣਾ ਸਿੱਧਾ ਕਰਨਾ ਤੇ ਬਾਈ ਇਹਦੇ ਵਿੱਚ ਅਜੇ ਮੋੜ ਮੋੜ ਨਹੀਂ ਪਾਏ ਮੋੜ ਪਾਵਾਂਗੇ ਸ਼ਾਇਦ ਸੰਡੇ ਜਾਂ ਉਦੋਂ ਪਹਿਲਾਂ ਕੋਈ ਨਾ ਕੋਈ ਮੋੜ ਪਾਵਾਂਗੇ ਤਾਂ ਜਿਹੜੇ ਵੀ ਬਾਈਆਂ ਨੇ ਬਾਈ ਖੇਡਣਾ ਹੋਇਆ ਸਾਨੂੰ ਮੈਸੇਜ ਕਰ ਦਿਓ ਅਤੇ ਛੋਟੀ ਜਿਹੀ ਫੀਸ ਆ ਯਾਰ ਫੀਸ ਦਾ ਕੋਈ ਰੀਜ਼ਨ ਹੈ ਤਾਂ ਕਰਕੇ ਠੀਕ ਹੈ ਕਿਉਂਕਿ ਫਿਰ ਨਾ ਬੰਦੇ ਪ੍ਰੋਪਰ ਖੇਡਦੇ ਆ ਅਤੇ ਨਹੀਂ ਤੁਹਾਨੂੰ ਪਤਾ ਹੀ ਆ ਫ੍ਰੀ ਵਾਲੇ ਤਾਂ ਅੱਜ ਕੱਲ੍ਹ ਲੋਕ ਕੱਪੜੇ ਨਹੀਂ ਪਾਉਂਦੇ ਇਹ ਤਾਂ ਫਿਰ ਵੀ ਚਲੋ ਛੱਡੋ ਗੱਲ ਬਣੀ ਨਹੀਂ ਸਿਮਰ ਹੈਗਾ ਜਿਹੜਾ ਪਾ ਲੈਂਦਾ ਅਤੇ ਅਤੇ ਉਹ ਜਾਣੇ ਆਪਾਂ ਨੂੰ ਮੈਸੇਜ ਕਰ ਲਿਓ ਅਤੇ ਗੇਮਾਂ ਬਾਈ ਸਸਤੀਆਂ ਹੋਈਆਂ ਪਈਆਂ ਅਤੇ ਸਾਰੇ ਜਾਣੇ ਜਾ ਕੇ ਖਰੀਦ ਲਓ ਮੇਰੇ ਵੀਰਿਓ ਠੀਕ ਹੈ ਅਤੇ ਟਰੈਕਟਰ ਇੰਡੀਅਨ ਆਉਣਗੇ ਬਾਈ ਅਤੇ ਹੌਲੀ ਹੌਲੀ ਆਉਣਗੇ ਕਿਉਂਕਿ ਇੱਕ ਇੱਥੇ ਜੱਦੋ ਜਹਿਦ ਕਰੀ ਜਾਂਦਾ ਮੁੰਡੇ ਦਾ ਨਾਂ ਗਾ ਸ਼ਰਨ ਕੈਲੀ ਅਤੇ ਗੁਰਸ਼ਰਨ ਕੈਲੀ ਇਹਦਾ ਫੁੱਲ ਨਾਮ ਆ ਅਤੇ ਇਹ ਲੱਭ ਰਿਹਾ ਇਹਨੂੰ ਸਰਵਰ ਨਹੀਂ ਲੱਭ ਰਿਹਾ ਕਿਉਂਕਿ ਇਹ ਵਿਚਾਰੇ ਨੂੰ ਮਹੀਨਾ ਨਹੀਂ ਲੱਭਣਾ ਉਦੋਂ ਨੂੰ ਖਾਤਾ ਮੁੱਕ ਜਾਣਾ ਕੰਮ ਠੀਕ ਹੈ ਇਹਦੇ ਹਾਲਾਤ ਇਹੀ ਜ਼ਿੰਦਗੀ ਤੋਂ ਤੰਗ ਹੈ ਅਤੇ ਇਹਦਾ ਵਿਆਹ ਵੱਲੋਂ ਵੀ ਹੱਥ ਤੰਗ ਹੈ ਠੀਕ ਹੈ ਨਵਾਂ ਟਰੈਕਟਰ ਲਿਆਉਣਾ ਨਵਾਂ ਕਰਾਉਣਾ ਕੋਈ ਵੀ ਨਹੀਂ ਲਿਆਉਣਾ ਕੋਈ ਵੇਚ ਨਹੀਂ ਰਿਹਾ ਟਰੈਕਟਰ ਹੈ ਕਿ ਨਹੀਂ ਐਂਡ ਤੇ ਬਈ ਇੱਕ ਹੋਰ ਜਿਹੜੇ ਵੀ ਕੋਈ ਜਿੱਦਾਂ ਹੁੰਦਾ ਨਾ ਜੇ ਕਿਸੇ ਨੇ ਕੋਈ ਮੂਡ ਐਡ ਕਰਾਉਣਾ ਹੋਇਆ ਠੀਕ ਹੈ ਸਰਵਰ ਦੇ ਵਿੱਚ ਤਾਂ ਬਈ ਪਹਿਲਾਂ ਸਾਨੂੰ ਉਹ ਬੰਦੇ ਤੋਂ ਪਰਮਿਸ਼ਨ ਚਾਹੀਦੀ ਹੈ ਜਿਹੜੇ ਜਿਹੜੇ ਬੰਦੇ ਦਾ ਮੋੜ ਹੋਊਗਾ ਪ੍ਰੋਪਰ ਠੀਕ ਹੈ ਇੱਦਾਂ ਨਹੀਂ ਵੀ ਬਈ ਆਹ ਚੱਕੋ ਜੀ ਆਹ ਮੋੜ ਪਾ ਦਿਓ ਨਹੀਂ ਅਤੇ ਇੱਕ ਮਹੀਨੇ ਬਾਅਦ ਪਾਸਵਰਡ ਵਗੈਰਾ ਸਾਰਾ ਕੁਝ ਚੇਂਜ ਹੋ ਜੂ ਐਡਮਿਨ ਇੱਥੇ ਇੱਕ ਹੋਊਗਾ ਇਹ ਕਹਿੰਦੇ ਜੀ ਹਰਮਨ ਇਹ ਹਰਮਨ ਹਰਮਨ ਰੂਹਾਨੀਆਂ ਤਾਕਤਾਂ ਇਹ ਕਹਿੰਦਾ ਹਰਮਨ ਉੱਥੇ ਠੀਕ ਹੈ ਚਲੇ ਮਜ਼ਾਕ ਕਰਦੇ ਹਾਂ ਬਾਈ ਗੁੱਸਾ ਨਹੀਂ ਕਰਨਾ ਹਰਮਨ ਅਤੇ ਤੇਰੀ ਵੀ ਇੰਟਰਵਿਊ ਕਰਾਉਂਦੇ ਹਾਂ ਤੂੰ ਆਈ ਤੁਹਾਡੀ ਅੱਜ ਇੰਟਰਵਿਊ ਕਰਨੀ ਸਾਰਿਆਂ ਦੀ ਜੇ ਇਕੱਠੇ ਹੋ ਜਾਓਗੇ ਤਾਂ ਲਓ ਜੀ ਕਹਿੰਦੇ ਜੀ ਦੂਜੀ ਵਾਰ ਗੇਮ ਜੋ ਸਟਾਰਟ ਕਰ ਲਈ ਹੈ ਮੁੰਡੇ ਨੇ ਸ਼ਰਨ ਕੈਲੀ ਕਹਿੰਦੇ ਜੀ ਗੁਰਸ਼ਰਨ ਬਨਾਨਾ ਨਾਮ ਰੱਖਿਆ ਗਿਆ ਇਹਦਾ ਬਨਾਨਾ ਹੋਰ ਕੇਲਾ 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 ਜੇ ਕੌਣ ਬੋਲਾ ਰਮਾਨ ਭੱਟੀ ਓ ਹੋ ਰਮਾਨ ਦਾ ਭੱਟੀ ਕਹਿੰਦੇ ਟਰੈਕਟਰ ਦਬੱਲੀ ਫਿਰਦੇ ਨੇ ਤੇ ਸਾਡੇ ਵਾਲਾ ਸ਼ੋਰ ਜਾ ਅੱਜ ਪਤਾ ਨੀ ਕਿਤੇ ਟੱਪ ਗਿਆ ਯਾਰ ਉਹਦਾ ਔਖਾ ਹੈ ਯਾਰ ਕੀ ਕਰੀਏ ਉਹਦਾ ਤੇ ਸਿਮਰ ਦੀ ਇੰਟਰਵਿਊ ਬਈ ਆਪਾਂ ਕਰਨੀ ਉਹਦੇ ਨਾਲ ਪੋਡਕਾਸਟ ਕਰੀਏ ਯਾਰ ਮੈਨੂੰ ਦੱਸੋ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਸਿਮਰ ਸੈਣੀ ਨਾਲ ਪੋਡਕਾਸਟ ਕਰੀਏ ਤਾਂ ਕਮੈਂਟਾਂ ਦੇ ਵਿੱਚ ਹਨੇਰੀ ਲਿਆ ਦਿਓ ਸਿਮਰ ਤੋਤੀ ਨਹੀਂ ਜੀ ਵੀਡੀਓ ਕੀ ਕੀ ਤੈਨੂੰ ਦੁੱਖ ਦੱਸੀਏ ਅਸੀਂ ਖੋਟੀਆਂ ਕਿਸਮਤਾਂ ਵਾਲੇ ਆਪਣੇ ਬਣਾਈਆਂ ਜੋੜੀਆਂ ਕਿਉਂਕਿ ਅਸੀਂ ਗਾਣੇ ਲਾ ਨਹੀਂ ਸਕਦੇ ਤਾਂ ਅਸੀਂ ਆਪ ਹੀ ਅੱਜ ਸਿਮਰ ਦੀ ਆਵਾਜ਼ 'ਚ ਤੁਹਾਨੂੰ ਗਾਣਾ ਸੁਣਾਵਾਂਗੇ ਅਤੇ ਮੈਂ ਉਹਨੂੰ ਤੁਹਾਡੀ ਮੁਰਾਦ ਕਹਿੰਦੇ ਸਿਮਰ ਸੈਣੀ ਸਟੇਜ 'ਤੇ ਪੇਸ਼ ਹੋਵੇ ਠੀਕ ਹੈ ਅੱਗੇ ਫਿੱਕ ਚੱਕ ਖਾਰਾ ਨੀ ਬਸ ਕਾਪੀਰਾਈਟ ਆਜੂ
ਰਹਿੰਦੇ ਜੀਪ ਦੀ ਹੁੱਡ ਤੇ ਚੜ ਕੇ ਓਏ ਦਲਜੀਤ ਦਾ ਕੰਮ ਫੇਲ ਹੋ ਜੂ ਓਏ ਛੱਡ ਦੇ ਗੱਲ ਮੁੰਡੇ ਦਲਜੀਤ ਦਾ ਕੰਮ ਫੇਲ ਕਰਨ ਨੂੰ ਫਿਰਦਾ ਠੀਕ ਹੈ ਤੇ ਸਿਮਰ ਸੈਣੀ ਜੇ ਖੇਤ ਆ ਜਾਏਗਾ ਤੇ ਹਰਮਨ ਬਾਈ ਤੂੰ ਵੀ ਆ ਜਾ ਯਾਰ ਤੇਰੀ ਵੀ ਇੰਟਰੋ ਕਰਾ ਦਈਏ ਤੇ ਜੇ ਕੋਈ ਹੋਰ ਰਹਿੰਦਾ ਉਹ ਵੀ ਆ ਸਕਦਾ ਪਤਾ ਨਹੀਂ ਬੰਦਾ ਇੱਕ ਨਾ ਬਹੁਤ ਗੰਦਾ ਬੰਦਾ ਹੈ ਜਿਹੜਾ ਗੰਦ ਪਾਈ ਜਾ ਰਿਹਾ ਬਹੁਤ ਜ਼ਿਆਦਾ ਮੈਨੂੰ ਨਹੀਂ ਪਤਾ ਕੌਣ ਆ ਉਹ ਨਾਮ ਦੱਸਿਆ ਜਾਵੇ ਗੁਰਛਾਨ ਬਰਾੜ ਇਹ ਕੀ ਗੰਦ ਪਾ ਰਿਹਾ ਇਹਦੇ ਕੀੜਾ ਆ ਬਹੁਤ ਵੱਡਾ ਇਹ ਗੁਰਛਾਨ ਨਹੀਂ ਹੈਗਾ ਇਹ ਗੰਨਾ ਟਰੈਕਟਰ ਚੱਲ ਰਿਹਾ ਹੌਲੀ ਇਹ ਗੁਣਸ਼ਾਨ ਹੈ ਰੀਜ਼ਨ ਆ ਕਿ ਇਹਨੇ ਟਰੈਕਟਰ ਪਾਸੇ ਨਹੀਂ ਕੀਤਾ ਰੀਜ਼ਨ ਆ ਯਾ ਨਹੀਂ ਟਰੈਕਟਰ ਬੰਦਾ ਸਾਈਡ ਦਊਗਾ ਤੇ ਅੱਗੇ ਨੰਗੂਗੇ ਤੇ ਸਾਈਡ ਦਿੰਦੇ ਕਿਉਂ ਨਹੀਂ ਫਿਰ ਬਈ ਸਾਈਡ ਜਗ੍ਹਾ ਜਗ੍ਹਾ ਹੀ ਨਹੀਂ ਜ਼ਮੀਨ ਹੈ ਨਹੀਂ ਹੋਰ ਬਈ ਯਾਰ ਸਾਡੀ ਕਣਕ ਘੱਟ ਨਿਕਲੀ ਮੈਨੂੰ ਲੱਗਦਾ ਪਤਾ ਨਹੀਂ ਮਸ਼ੀਨ ਨਹੀਂ ਤੁਰਦੀ ਹੈ ਮਸ਼ੀਨ ਆਪਣੀ ਲੈ ਜਾਓ ਵਿਲੇ ਹੋਣ ਵਾਲੀ ਆ ਬਈ ਅਸੀਂ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਪਲੋ ਦਾ ਕਿੰਨਾ ਤੋਂ ਚੋਰੀ ਕੀਤੇ ਆ ਖਰੀਦਿਆ ਬਾਈ ਸੈਣੀ ਸੈਣੀ ਐਂਡ ਸੰਸ ਚਲੋ ਸ਼ੁਕਰ ਹੈ ਇਹਨੇ ਨਾਂ ਤਾਂ ਚੇਂਜ ਕੀਤਾ ਨਹੀਂ ਤਾਂ ਪਹਿਲਾਂ ਤਾਂ ਨਾਂ ਦੀ ਜਖਣਾ ਵੱਢੀ ਹੋਈ ਸੀ ਕੰਜਰ ਨੇ ਅੰਬਾਨੀ ਐਂਡ ਸੰਸ ਭਰਾਵਾ ਤੇਰੀ ਇੰਟਰਵਿਊ ਸੁਣ ਕੇ ਨਾ ਮੈਨੂੰ ਉਲਟੀ ਆਉਣ ਵਾਲੀ ਹੋ ਜਾਂਦੀ ਓ ਸੋਰੀ ਇੰਟਰੋ ਬਾਈ ਪਲੋ ਤਾਂ ਨਹੀਂ ਕਰਾਉਣੇ ਪਲੋ ਕਰਵਾ ਲੇ ਵੇ ਓਏ ਉਹ ਸਾਲਿਆ ਸਾਨੂੰ ਉਹ ਸਾਨੂੰ ਸਾਨੂੰ ਉਹ ਚਾਹੀਦੇ ਯਾਰ ਕੀ ਕਹਿੰਦੇ ਹੁੰਦੇ ਨੇ ਆਪਣਾ ਤੂੜੀ ਵਾਲੀ ਮਸ਼ੀਨ ਹੈਗੀ ਕਿਸੇ ਕੋਲ ਤਾਂ ਸਾਨੂੰ ਦੱਸ ਦਿਓ ਅਸੀਂ ਗੱਠਾਂ ਬਣਵਾਉਣੀਆਂ ਨੇ ਕੋਲੇ ਰੁਪਈਆ ਨਹੀਂ ਹੈ ਗੱਠਾਂ ਬਣਵਾਊਗਾ ਤੂੰ ਰਹਿਣ ਦੇ ਬਣਵਾ ਲਈ ਕਿਤੇ ਹੋਰ ਮੈਂ ਚੱਲਦਾ ਤੇ ਲਓ ਵੀ ਆ ਅਸੀਂ ਨਾ ਭੱਟੀ ਸਾਹਿਬ ਲੈ ਵੀ ਇੱਧਰ ਆ ਕੇ ਰਾਤ ਇੰਟਰਵਿਊ ਕਰਦੇ ਅੱਜ ਮੈਂ ਹੋਰ ਵਾਪਸ ਆਇਆ ਪਰ ਸਾਹਿਬ ਕੋਈ ਨਾ ਉਹ ਉਧਰ ਪਾਸੇ ਗੇੜਾ ਲਾ ਕੇ ਫਿਰ ਉਹ ਕਰਦਾ ਲੋ ਬਾਕੀ ਸਾਰੇ ਆ ਜਾਓ ਜਿਹਨੇ ਆਉਣਾ ਇੰਟਰਵਿਊ ਸੁਣਨ ਸੈਣੀ ਦੀ ਕਿਹੜੀ ਫੀਲਡ 'ਚ ਆਉਣਾ ਬਈ ਤੁਸੀਂ ਆਉਣਾ 78 ਦੇ ਵਿੱਚ ਅਤੇ ਇੱਕ ਤੁਹਾਡੇ ਨੂੰ ਰਿਕੁਐਸਟ ਹੈ ਕਿ ਤੁਸੀਂ ਗੇਮ ਦੀ ਸੈਟਿੰਗ ਦੇ ਵਿੱਚ ਜਾਓ ਅਤੇ ਜਾ ਕੇ ਉਸ ਤੋਂ ਬਾਅਦ ਉੱਥੇ ਨਾ ਤੁਹਾਡੀ ਵੋਇਸ ਐਕਟੀਵਿਟੀ ਹੋਊਗੀ ਉਹਨੂੰ ਬੰਦ ਕਰ ਦਿਓ ਸੇ ਪਾਰਾ ਕਰ ਲਓ ਵੈਸੇ ਨਾ ਮੈਂ ਇੱਕ ਬੰਦੇ ਦੀ ਬੇਇੱਜ਼ਤੀ ਕਰਨ ਲੱਗਿਆ ਜੇ ਤੁਸੀਂ ਉਹਦੀ ਬੇਇੱਜ਼ਤੀ ਸੁਣਨੀ ਹੈ ਤਾਂ 5 ਮਿੰਟਾਂ ਤੋਂ ਪਹਿਲਾਂ ਆ ਜਾਓ ਕਿਉਂਕਿ ਉਹ ਬੰਦੇ ਦੀ ਬੇਇੱਜ਼ਤੀ ਕਰਨ ਦੇ ਲਈ ਮੈਂ ਇੱਕ ਚੀਜ਼ ਦੇਖ ਲਈ ਹੁਣੀ ਆ ਜਾਓ ਜੀ ਮੈਂ ਚੱਲਦਾ ਓਏ ਭੈਣ ਦੀ ਪਲੋ ਲੈਣੇ ਇੱਧਰ ਆ ਗੱਲ ਸੁਣ ਨਾਸਾ ਚ ਤੁਹਾਡੇ ਗਰੀਸ ਫਸਿਆ ਚੂਹੇ ਮਤਲਬ ਜਦੋਂ ਬੰਦਾ ਕੋਈ ਨਵਾਂ ਮਿਲਦਾ ਅਸੀਂ ਆਉਂਦੇ ਜਾਂਦੇ ਨੂੰ ਚੂਹੇ ਖਿਲਾਉਣੇ ਆ ਓ ਮਾਈ ਗੋਡ ਮਤਲਬ ਤੁਹਾਡਾ ਬਿਜ਼ਨਸ ਹੈ ਚੂਹੇ ਦਾ ਮਤਲਬ ਤੁਸੀਂ ਚੂਹੇ ਖਾਂਦੇ ਹੋ ਅਸੀਂ ਲੋਕਾਂ ਨੂੰ ਖਵਾਉਂਦੇ ਆ ਖੱਟੇ ਮਿੱਠੇ ਚੂਹੇ ਮਿੱਠੇ ਮਿੱਠੇ ਚੂਹੇ ਸੋਚ ਚਲੋ ਹੁਣ ਟੇਸਟ ਕਰਨਾ ਕਿਉਂ ਪਤਾ ਕਿਉਂਕਿ ਅਸੀਂ ਖਾ ਕੇ ਦੇਖਿਆ ਪਹਿਲਾਂ ਟੈਸਟਿੰਗ ਕਰਦੇ ਆ ਫੇ ਖਵਾਉਂਦੇ ਆ ਅਸੀਂ ਤੇ ਬਾਈ ਜੀ ਅੱਜ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਪਹਿਲਾਂ ਤਾਂ ਦੱਸੋ ਤੁਥੋਂ ਤੁਸੀਂ ਤੁਹਾਡੇ ਤੋਂ ਵੀ ਤੁਸੀਂ ਕਿੱਥੋਂ ਆਏ ਹੋ ਅਸੀਂ ਬਾਈ ਦੁਸਾਂਝਾ ਵਾਲੇ ਤੋਂ ਦੇਖ ਹੁਣ ਭੌਂਕਣਾ ਜ਼ਰੂਰੀ ਨਹੀਂ ਇਦੋਂ ਪਹਿਲਾਂ ਗਾਲ ਨਿਕਲੇ ਠੀਕ ਹੈ ਸੱਚੀ ਸੱਚੀ ਦੱਸ ਦੇ
ਅਸੀਂ ਬਈ ਵੀਰੇ ਜੁਕਾਂਡਾ ਦੇ ਨਾਲ ਪਿੰਡ ਪੈਂਦਾ ਛਾਰਪੁਰ ਓਏ ਤੇ ਚਪੇੜਾ ਲਾਓ ਫੜ ਕੇ ਇੱਥੇ ਨਹੀਂ ਪੈਂਦਾ ਨਹੀਂ ਪੈਂਦਾ ਵੀਰੇ ਖੇਤੀ ਵੱਲ ਤੁਸੀਂ ਕਿੱਦਾਂ ਹੈ ਕੀ ਤੁਹਾਡਾ ਮਤਲਬ ਰਿਹਾ ਤੁਹਾਡੇ ਬਾਪ ਦਾਦਾ ਖੇਤੀ ਕਰਦੇ ਸੀ ਜਾਂ ਤੁਸੀਂ ਮਤਲਬ ਕਲਾ ਰੁਝਾਨ ਦਿਖਾਇਆ ਤੇ ਹਰਮਨ ਬਾਈ ਜਿੱਡੀ ਤੇਰੀ ਉਮਰ ਆ ਦਾੜੀ ਵੱਡੀ ਹੋ ਗਈ ਤੇਰੇ ਗੱਲ ਇਹ ਆ ਉਸ ਬੰਦੇ ਨੇ ਇਹੋ ਜਿਹੇ ਖੇਤਾਂ ਚ ਬਾੜਾ ਵੀ ਨਿਕਲ ਨਹੀਂ ਹੋਇਆ ਮੁੜ ਕੇ ਬਸ ਤੇ ਮਤਲਬ ਤੁਸੀਂ ਕੀ ਸੋਚਦੇ ਹੋ ਵੀ ਖੇਤੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਸਵਾਦ ਲੈਣੇ ਆ ਬਸ ਪੈਸਾ ਬਹੁਤ ਹੈ ਤੁਹਾਨੂੰ ਪਤਾ ਸਵਾਦ ਲੈ ਲੈਂਦੀ ਕੁੱਤੀ ਲਾਹੌਰ ਟੱਪ ਗਈ ਸੀ ਹਾਂ ਬਸ ਉਹੀ ਕਰਨਾ ਸੀ ਅਸੀਂ ਸਵਾਦ ਲੈਂਦੇ ਲੈਂਦੇ ਅਸੀਂ ਟੱਪ ਜਾਣਾ ਬਸ ਕਿਸੇ ਦਿਨ ਤੇ ਫਿਰ ਮੈਨੂੰ ਐਂ ਦੱਸੋ ਵੀ ਆਹ ਟਰੈਕਟਰ ਕਿੱਥੋਂ ਆਇਆ ਲਿਆਂਦਾ ਤੁਸੀਂ ਕਿੱਥੋਂ ਮਤਲਬ ਸੁਜੈਸਟ ਕੀਤਾ ਕਿਹਨੇ ਕੀਤਾ ਕਿਵੇਂ ਆਇਆ ਇਹ ਤਾਂ ਆਪਣੇ ਤੁਹਾਨੂੰ ਦੱਸ ਦੇ ਸਵਾਦ ਲੈਣ ਦੇ ਚੱਕਰ ਬਾਈ ਸਵਾਦ ਲੈਣ ਦੇ ਚੱਕਰ ਚ ਆਹੀ ਦੋ ਚੀਜ਼ਾਂ ਰਹਿ ਗਈਆਂ ਸੋਨਾ ਵੀ ਇੱਥੇ ਹੀ ਆ ਮੈਂ ਠੀਕ ਹੈ ਮਤਲਬ ਘਰ ਬਾਹਰ ਹੈ ਨੀ ਤੁਹਾਡਾ ਹਾਂਜੀ ਠੀਕ ਹੈ ਤੇ ਬਾਈ ਜਿਹੜੇ ਆਹ ਤੁਸੀਂ ਆਹ ਕਿਹੜੀ ਕੰਪਨੀ ਦੇ ਆ ਖੜ ਜੋ ਜੀ ਬਾਈ ਇਹ ਨਾ ਦਰਅਸਲ ਇਹ ਕਿਸੇ ਦੇ ਹੈ ਮਤਲਬ ਇਹਨਾਂ ਨੂੰ ਕਹਿਣਾ ਕਹਿੰਦੇ ਕਹਿੰਦੇ ਕੀ ਹੋ ਤੁਸੀਂ ਇਹਨੂੰ ਇਹ ਬਸ ਕੁਛ ਹੁੰਦਾ ਇਹਨੂੰ ਪਤਾ ਕਹਿੰਦੇ ਇਹਦਾ ਨਾਂ ਦੱਸੋ ਅੱਜ ਅਸੀਂ ਨਾਂ ਪੁੱਛਣਾ ਚਾਹੁੰਦੇ ਤੁਹਾਡੇ ਤੋਂ ਵੀ ਕੀ ਨਾਮ ਕੀ ਹੈ ਚੀਜ਼ ਦਾ ਇਹਦਾ ਨਾਂ ਹੈਗਾ ਆ ਮਿੱਟੀ ਪੱਟਣ ਵਾਲੀ ਮਸ਼ੀਨ ਨਹੀਂ ਨਹੀਂ ਪੰਜਾਬੀ ਰੋਲਰ 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 ਗੋਲ ਗੋਲ ਪੱਟੇ ਪੱਟਣ ਪੱਟਣ ਨਹੀਂ ਤੁਸੀਂ ਤਾਂ ਇਹਦਾ ਨਾਂ ਕੁਛ ਹੋਰ ਲੈ ਰਹੇ ਸੀ 10 ਮਿੰਟ ਪਹਿਲਾਂ ਖੁਰਪਾ ਉਹ ਤਾਂ ਟੋਪਾ ਤੂੰ ਹੈ ਕੀ ਕਹਿੰਦੇ ਹੁੰਦੇ ਆ ਪਲੋ ਕਰਵਾ ਲੇ ਵੇ ਬਈ ਇਹਨਾਂ ਨੂੰ ਕਲਟੀਵੇਟਰ ਕਹਿੰਦੇ ਆ ਜੇ ਤੁਹਾਨੂੰ ਇਨਫੋਰਮੇਸ਼ਨ ਹੋਵੇ ਇਹਨਾਂ ਬਾਰੇ ਮੈਨੂੰ ਐਂ ਦੱਸ ਕਲਟੀਵੇਟ ਕਰਵਾ ਲੇ ਵੇ ਚੱਲ ਬੜਾ ਜਿਹਾ ਦੇਖ ਚਲਾ ਕੇ ਚੱਲਦੇ ਨਹੀਂ ਬਾਈ ਪਰਮਿਸ਼ਨ ਨਹੀਂ ਦਿੱਤੀ ਉਹ ਥੱਲੇ ਉਤਰ ਜਾ ਮੇਰੇ ਟਰੈਕਟਰ ਤੋਂ ਤੇ ਮੁੰਡੇ ਆਈਡੀ ਕ ਇੰਟਰਵਿਊ ਬੜੀ ਗੰਦੀ ਇੰਟਰਵਿਊ ਸਾਡਾ ਪਹਿਲਾ ਐਕਸਪੀਰੀਅੰਸ ਹੀ ਬੜਾ ਗੰਦਾ ਰਿਹਾ ਕਿਉਂਕਿ ਆਹ ਭਿੰਡੀ ਦੇ ਮੂੰਹ ਵਾਲਾ ਬੰਦਾ ਸਾਡੇ ਮੱਥੇ ਲੱਗ ਗਿਆ ਠੀਕ ਤੁਸੀਂ ਅੱਜ ਦਰਅਸਲ ਨਾ ਅੱਜ ਨਾ 2-3 ਪੈਗ ਲੱਗ ਗਏ ਆ ਤੁਸੀਂ ਮੇਰੇ ਸਟੂਡੀਓ ਚ ਆਜੋ ਠੀਕ ਹੈ ਜੀ ਠੀਕ ਉੱਥੇ ਅਸੀਂ ਗੱਲਬਾਤ ਕਰਾਂਗੇ ਪੋਡਕਾਸਟ ਹੁਣੇ ਤੂੰ ਕਹਿਣਾ ਤੁਸੀਂ ਆਪਣੇ ਦਰਸ਼ਕਾਂ ਤੋਂ ਪੁੱਛੋ ਤੁਸੀਂ ਦਰਸ਼ਕਾਂ ਤੋਂ ਪੁੱਛੋ ਕੀ ਚਾਹੁੰਦੇ ਆ ਉਹ ਓਏ ਇਹ 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 ਆ ਗੱਪੀ ਚਾਹੁੰਦੇ ਆ ਜੇ ਸੋ ਟਰੈਕਟਰ ਚਲਾ ਕੇ ਦੇਖ ਲਈਏ ਅਸੀਂ ਅੱਛਾ ਚਲਾਉਣਾ ਚਾਹੁੰਦੇ ਹੋ ਹਾਂਜੀ ਅੰਬਾਨੀਆਂ ਸੈਣੀਆਂ ਸੰਸ ਆ ਲਓ ਵੀਰੇ ਇੱਕ ਤਾਂ ਦੇਖੋ ਪਹਿਲਾਂ ਤਾਂ ਡੈਡੀ ਸਹੀ ਚੁਣੋ ਓ ਥੱਲੇ ਉੱਤਰ ਥੱਲੇ ਉੱਤਰ ਇਹ ਸਟਾਰਟ ਨਹੀਂ ਹੁੰਦਾ ਵੀਰੇ ਉਹ ਭਰਾਵਾ ਮਾੜੇ ਬੰਦਿਆਂ ਦੇ ਹੱਥ 'ਚ ਤੈਨੂੰ ਪਤਾ ਬਗਾਨੀ ਘੋੜੀ ਅਤੇ ਬਗਾਨਾ ਹਥਿਆਰ ਇਹ ਕਿਸੇ ਕਿਸੇ ਦੇ ਹੱਥ ਚੱਲਦਾ ਸਮਝ ਜਾਂਦੀ ਆ ਨਹੀਂ ਸਮਝ ਆਈ ਹਾਂਜੀ ਕਿੱਦਾਂ ਕਿਵੇਂ ਬਗਾਨੀ ਘੋੜੀ ਅਤੇ ਬਗਾਨਾ ਹਥਿਆਰ ਇੱਕ ਮਿੰਟ ਚੱਲੋ ਵੀ ਮੁੰਡੇ ਥੋੜ੍ਹਾ ਜਿਹਾ ਗੇੜਾ ਲਾ ਕੇ ਦੇਖ ਲਈਏ ਕਹਿੰਦੇ ਟਰੈਕਟਰ ਮੈਨੂੰ ਲੱਗਦਾ ਨਹੀਂ ਬਈ ਜਿਹੜੇ ਹਿਸਾਬ ਨਾਲ ਇਹ ਤੁਰਦਾ ਮੈਨੂੰ ਲਾ ਵਾਧੂ ਇਹ ਬਈ ਜ਼ੋਰ ਲਾਉਣਾ ਪੈਣਾ ਧੱਕਾ ਆਪ ਮਾਰਨਾ ਪੈਣਾ ਮਗਰੋਂ ਓਏ ਬੱਲੇ 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 ਇੱਕ ਜਣਾ ਮਗਰ ਲੱਗੋ ਧੱਕਾ ਲਾਉਣ
ਤੇ ਬਾਈ ਜਿਹੜੇ ਹਿਸਾਬ ਨਾਲ ਆਹ ਜ਼ੋਰ ਲਾਉਂਦਾ ਹੈ ਇਹ ਤਾਂ ਫਿਰ 10 ਦਿਨ ਨਹੀਂ ਬਹੁੰਦਾ ਖੇਤ ਨਹੀਂ ਸੁਣੀ ਇੱਕ ਬੰਦੇ ਨੂੰ ਪਿੱਛੇ ਧੱਕਾ ਲਾਉਣ ਨੂੰ ਉਹ ਕਰਨਾ ਖੜਾ ਕਰਨਾ ਬੰਦਾ ਲਓ ਵੀ ਮੁੰਡਿਓ ਆਪਾਂ ਵੀਡੀਓ ਸਮਾਪਤ ਕਰਦੇ ਹਾਂ ਇੱਥੇ ਹੀ ਕਿਉਂਕਿ ਟਰੈਕਟਰ ਦੀ ਨਿਕਲ ਗਈ ਲਿੰਡੀ ਅਤੇ ਇਹਦਾ ਬਹੁਤ ਬੁਰਾ ਹਾਲ ਆ ਯਾਰ ਇਹ ਇਹਨੂੰ ਕਹੋ ਵੀ ਜਾਂ ਤਾਂ ਸੰਦ ਛੋਟਾ ਲਿਆਵੇ ਜਿਹੜਾ ਪਿੱਛੇ ਪਾਇਆ ਇਹਦੇ ਅਤੇ ਜਾਂ ਫਿਰ ਟਰੈਕਟਰ ਵੱਡਾ ਲੈ ਲੇ ਠੀਕ ਹੈ ਇਹ ਸਲਾਹ ਇਹਨੂੰ ਦਿੱਤੀ ਜਾਵੇ ਅਤੇ ਜਾ ਕੇ ਤੁਸੀਂ ਸਿਮਰ ਸੈਣੀ ਨੂੰ ਕਿ ਪੁੱਛਣਾ ਵੀ ਪੋਡਕਾਸਟ ਕਰਨਾ ਕਿ ਨਹੀਂ ਕਰਨਾ ਅਤੇ ਜੇ ਕਰਨਾ ਤਾਂ ਬਦਤਮੀਜੀ ਦੇ ਦਾਇਰੇ ਦੇ ਵਿੱਚ ਰਹਿ ਕੇ ਇੱਦਾਂ ਹੀ ਹੁੰਦਾ ਚੱਲ ਹੁੰਦਾ ਹੋਊ ਯਾਰ ਠੀਕ ਹੈ ਭਾਂਡੇ ਨੀਲੇ ਕਰਵਾ ਲਓ ਅਤੇ ਮਿਲਦੇ ਹਾਂ ਤੁਹਾਨੂੰ ਅਸੀਂ ਨੈਕਸਟ ਵੀਡੀਓ 'ਚ ਬਾਬਾ ਏ ਟੇਕ ਕੇਅਰ ਜਾਉਂਦੇ ਬਾਦਦੇ ਰਹੋ ਅਤੇ ਆਹ ਗੰਦ ਜਿਹਾ ਟਰੈਕਟਰ ਆਪਾਂ ਨੂੰ ਤੁਹਾਨੂੰ ਪਸੰਦ ਆਇਆ